ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਮੁਨੀ ਗਿੱਲ, ਆਲ ਦਾ ਵੇ ਫਰੋਮ ਹਿਊਸਟਨ ਟੈਕਸਸ, ਔਰ ਅੱਜ ਸਾਡੀ ਮਾਈ ਟੀ ਵੀ ਦੀ ਜਿਹੜੀ ਸੰਗਤ ਹੈ ਉਹਨਾਂ ਨੂੰ ਅੱਜ ਦਰਸ਼ਨ ਦੇਣਾ ਚਾਹਾਂਗੇ ਕਿ ਹਿਊਸਟਨ ਟੈਕਸਸ ਦਾ ਜਿਹੜਾ ਗੁਰਦੁਆਰਾ ਜਿਹਨੂੰ ਅਸੀਂ ਸ਼ੂਗਰ ਲੈਂਡ ਕਹਿੰਦੇ ਹਾਂ, ਲੇਕਿਨ ਉਹਨੂੰ ਇਹ ਲੋਕ ਕਹਿੰਦੇ ਨੇ ਸਾਊਥ ਵੈਸਟ ਹਿਊਸਟਨ ਟੈਕਸਸ ਗੁਰਦੁਆਰਾ ਸਾਹਿਬ, ਗੁਰਦੁਆਰਾ ਸਾਹਿਬ ਆਫ ਸਾਊਥ ਵੈਸਟ ਹਿਊਸਟਨ ਜੀ। ਅਤੇ ਪਹਿਲੀ ਗੱਲ ਤਾਂ ਮੈਂ ਤੁਹਾਨੂੰ ਸਾਰਿਆਂ ਨੂੰ ਇੱਥੇ ਟੀਮ ਖਲੋਤੀ ਹੈਗੀ ਹੈ ਸਾਡੇ ਸਾਹਮਣੇ, ਇਹਨਾਂ ਨੂੰ ਕੰਗਰੈਚੁਲੇਟ ਕਰਨਾ ਚਾਹਾਂਗੀ ਕਿ ਬਹੁਤ ਹੀ ਖੂਬਸੂਰਤ ਗੁਰਦੁਆਰਾ, ਹਰ ਸਾਲ ਆਉਂਦੇ ਹਾਂ ਔਰ ਹਰ ਸਾਲ ਸਾਨੂੰ ਇੱਦਾਂ ਹੀ ਲੱਗਦਾ ਕਿ ਅਸੀਂ ਇੰਡੀਆ ਪਹੁੰਚ ਗਏ ਹਾਂ, ਔਰ ਇੰਨਾ ਕਲੀਨ ਔਰ ਨੀਟ ਹੈਗਾ, ਸਾਡਾ ਬਹੁਤ ਆ ਕੇ ਇੱਥੇ ਦਿਲ ਲੱਗਦਾ ਹੈਗਾ। ਸਭ ਤੋਂ ਪਹਿਲਾਂ ਸਾਡੇ ਨਾਲ ਜੁੜੇ ਨੇ ਇੱਥੇ ਲਖਾਰੀ ਸਾਹਿਬ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮਾਈ ਟੀ ਵੀ 'ਤੇ। ਤੁਸੀਂ ਇੱਥੇ, ਆਪਾਂ ਤਿੰਨ ਜਾਣੇ ਸੀ ਇੱਥੇ ਖਲੋਤੇ ਹਾਂ, ਇੱਕ ਤਾਂ ਆਪਣੇ ਬਾਰੇ ਦੱਸੋ ਔਰ ਦੱਸੋ ਕਿ ਕਿਹੜੇ ਕਿਹੜੇ ਬੰਦੇ ਦੀ ਕੀ ਜ਼ਿੰਮੇਵਾਰੀ ਹੁੰਦੀ ਹੈ। ਗੁਰਦੁਆਰਾ ਚਲਾਉਣਾ ਬਹੁਤ ਮੁਸ਼ਕਿਲ ਜੋਬ ਹੈ, ਬਹੁਤ ਹਰੇਕ ਨੂੰ ਖੁਸ਼ ਰੱਖਣਾ ਬਹੁਤ ਮੁਸ਼ਕਿਲ ਕੰਮ ਆ। ਮੇਰਾ ਨਾਮ ਪ੍ਰਿਥਵੀਪਾਲ ਸਿੰਘ ਲਿਖਾਰੀ ਹੈ, ਮੈਂ ਇਸ ਗੁਰਦੁਆਰੇ ਦਾ ਚੇਅਰਮੈਨ ਹਾਂ। ਠੀਕ ਆ, ਗੁਰਦੁਆਰਾ ਚਲਾਉਣਾ ਮੁਸ਼ਕਿਲ ਹੁੰਦਾ ਹੈ, ਪਰ ਜੇ ਤੁਹਾਡੀ ਸੰਗਠਨ ਹੋਵੇ ਤੁਹਾਡੀ ਮੈਨੇਜਮੈਂਟ 'ਚ, ਤਾਂ ਹਰ ਚੀਜ਼ ਜਿਹੜੀ ਹੈਗੀ ਆ ਬੜੇ ਆਰਾਮ ਨਾਲ ਚੱਲ ਸਕਦੀ ਆ। ਇਸ ਜਗ੍ਹਾ 'ਤੇ ਸਾਡਾ ਸੰਗਠਨ ਹੈਗਾ, ਅਸੀਂ ਸਾਰੇ ਮਿਲ ਜੁਲ ਕੇ ਸਾਰੇ ਜਿੰਨੇ ਵੀ ਲੈਣੇ ਹੁੰਦੇ ਆ ਡਿਸੀਜਨ ਸਾਰੇ ਮਿਲ ਕੇ ਲੈਂਦੇ ਹਾਂ। ਕਦੀ ਇਹ ਨਹੀਂ ਹੋਇਆ ਕਿ ਇੱਕ ਜਣਾ ਡਿਸੀਜਨ ਕਰਦਾ ਅਤੇ ਉਹ ਫਿਰ ਬਾਹਰ ਨਿਕਲ ਜਾਂਦੀ ਹੈ ਗੱਲ, ਉਹ ਠੀਕ ਨਹੀਂ ਲੱਗਦੀ। ਅਸੀਂ ਹਮੇਸ਼ਾ ਸਾਰੇ ਡਿਸੀਜਨ ਜਿਹੜੇ ਅੰਦਰ ਆਪਣੇ ਰੂਮ 'ਚ ਬੈਠ ਕੇ ਔਰ ਸਾਰੇ ਜਾਣੇ ਇਕੱਠੇ ਲੈਂਦੇ ਹਾਂ, ਔਰ ਇਸ ਤਰ੍ਹਾਂ ਹੀ ਗੁਰਦੁਆਰਾ ਫਿਰ ਅੱਗੇ ਚੱਲਦਾ। ਦੈਟਸ ਗੁੱਡ। ਬਿਫੋਰ ਅਸੀਂ ਗਿੱਲ ਸਾਹਿਬ ਕੋਲ ਜਾਈਏ, ਅਤੇ ਉਸ ਐਂਡ 'ਤੇ ਵੀ ਗਿੱਲ ਨੇ ਅਤੇ ਇਸ ਐਂਡ 'ਤੇ ਵੀ ਗਿੱਲ ਨੇ, ਅਤੇ ਅਸੀਂ ਪਹਿਲਾਂ ਭਾਈ ਸਾਹਿਬ ਨੂੰ ਪੁੱਛਾਂਗੇ ਕਿ ਆਪਣਾ ਪੂਰਾ ਨਾਮ ਦੱਸੋ, ਜਿਹੜੀ ਸਾਡੀ ਵਾਸ਼ਿੰਗਟਨ ਡੀ ਸੀ ਦੀ ਸੰਗਤ ਹੈ। ਮੇਰਾ ਨਾਮ ਭਜਨ ਸਿੰਘ ਦੁਲਈ। ਥੈਂਕ ਯੂ ਜੀ। ਅਤੇ ਹੁਣ ਤਾਂ ਜਿਹੜੇ ਸਾਡੀ ਵਾਸ਼ਿੰਗਟਨ ਡੀ ਸੀ ਦੀ ਸੰਗਤ ਹੈ ਉਹਨਾਂ ਨੂੰ ਆਪਣੇ ਗੁਰਦੁਆਰੇ ਦੀ ਜਾਣਕਾਰੀ ਦਿਓ ਕਿ ਕਿਸ ਤਰ੍ਹਾਂ ਇਹ ਸ਼ੁਰੂਆਤ ਹੋਈ ਔਰ ਕੀ ਸੋਚ ਕੇ ਐਡਾ ਖੂਬਸੂਰਤ ਗੁਰਦੁਆਰਾ ਤੁਹਾਨੂੰ ਲੱਗਿਆ ਸੀ ਕਿ ਬਣ ਪਾਏਗਾ, ਜਾਂ ਕੀ ਉਹਦੇ ਪਿੱਛੇ ਬਿਹਾਈਂਡ ਕੀ ਸੀ ਉਹਦੇ ਪਿੱਛੇ? ਬਸ ਇਹ ਸੰਗਤ ਦਾ ਸਾਰਾ ਆਸਰਾ ਆ, ਸਾਰਿਆਂ ਦੇ ਸਹਿਯੋਗ ਦੇ ਨਾਲ, ਕਿਉਂਕਿ ਸਾਊਥ ਵੈਸਟ 'ਤੇ ਇਸ ਸਾਈਡ ਦੇ ਵਿੱਚ ਗੁਰਦੁਆਰਾ ਕੋਈ ਹੈ ਨਹੀਂ, ਅਤੇ ਸੰਗਤ ਨੂੰ ਕੋਈ ਤਕਰੀਬਨ 35-37 ਮੀਲ ਇੱਥੋਂ ਦੂਸਰੀ ਜਗ੍ਹਾ ਗੁਰੂ ਘਰ ਜਾਣਾ ਪੈਂਦਾ ਹੈ। ਅਤੇ ਸੰਗਤ ਦੇ ਸਹਿਯੋਗ ਦੇ ਨਾਲ ਇਹ 2 ਸਾਲ ਅਸੀਂ ਪਹਿਲਾਂ ਕਿਸੇ ਹੋਰ ਹਾਲ ਦੇ ਵਿੱਚ ਲਾਉਂਦੇ ਰਹੇ ਹਾਂ, ਅਤੇ ਉਸ ਤੋਂ ਬਾਅਦ ਫਿਰ ਸੰਗਤ ਦੇ ਸਹਿਯੋਗ ਨਾਲ ਸਾਰਿਆਂ ਨਾਲ ਮਿਲ ਕੇ ਇੱਧਰ ਗੁਰਦੁਆਰਾ ਸਾਹਿਬ ਸਾਊਥ ਵੈਸਟ ਹਿਊਸਟਨ ਇਹਦੀ ਨੀਂਹ ਪੱਥਰ ਰੱਖਿਆ ਗਿਆ, ਅਤੇ ਹੁਣ ਕੰਪਲੀਟ ਹੋ ਗਈ ਹੈ ਬਿਲਡਿੰਗ, ਗੁਰੂ ਘਰ ਦਾ ਸਕੂਲ ਵੀ ਬਣ ਚੁੱਕਾ ਹੈ, ਅਤੇ ਹੋਰ ਵੀ ਕਈ ਹਜੇ ਪ੍ਰਬੰਧ ਕਰਨ ਵਾਲੇ ਹਨ, ਅਤੇ ਹੌਲੀ ਹੌਲੀ ਸੰਗਤ ਦੇ ਸਹਿਯੋਗ ਨਾਲ ਸਾਰਾ ਕੁਛ ਇਹ ਨੇਪਰੇ ਚੜ੍ਹ ਜਾਊਗਾ। ਦੈਟਸ ਗੁੱਡ। ਅਸੀਂ ਵਾਪਸ ਗਿੱਲ ਸਾਹਿਬ ਕੋਲ ਆਉਂਦੇ ਹਾਂ ਕਿਉਂਕਿ ਇਹ ਵੀ ਬਹੁਤ ਅੱਛੇ ਬੁਲਾ ਰਹੇ ਨੇ ਜੀ, ਇਹਨਾਂ ਨੂੰ, ਇਹਨਾਂ ਦੀ ਸਪੀਚ ਅਸੀਂ ਹਰ ਸਾਲ ਆ ਕੇ ਸੁਣਦੇ ਹਾਂ, ਸੋ ਬਹੁਤ ਬਹੁਤ ਸਵਾਗਤ ਹੈ ਮਾਈ ਟੀ ਵੀ 'ਤੇ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਤੇਜਿੰਦਰ ਸਿੰਘ ਗਿੱਲ, ਮੈਂ ਗੁਰਦੁਆਰੇ ਦੀ ਸੇਵਾ ਵਿੱਚ ਪਿਛਲੇ ਕਾਫੀ ਸਾਲ ਹੋ ਚੁੱਕੇ ਹਨ। ਇਹ ਗੁਰਦੁਆਰਾ ਸਾਹਿਬ ਇੱਕ ਟੈਂਪਰੇਰੀ ਲੋਕੇਸ਼ਨ 'ਤੇ ਸ਼ੁਰੂ ਹੋਇਆ ਸੀ 2006 'ਚ, ਅਤੇ ਆਹ ਜਿਹੜੀ ਬਿਲਡਿੰਗ ਤੁਸੀਂ ਸੋਹਣੀ ਬਿਲਡਿੰਗ ਦੇਖ ਰਹੇ ਹੋ, ਇਹਦਾ ਇਨੋਗਰੇਸ਼ਨ ਗੁਰੂ ਮਹਾਰਾਜ ਦੀ ਕਿਰਪਾ ਨਾਲ 2009 ਵਿੱਚ ਹੋਇਆ ਸੀਗਾ, ਅਤੇ 10 ਸਾਲ ਸਾਨੂੰ ਹੋ ਚੁੱਕੇ ਆ। ਇਸ ਸਾਲ ਅਸੀਂ 10 ਸਾਲਾ ਸੈਲੀਬ੍ਰੇਸ਼ਨ ਕਰ ਰਹੇ ਹਾਂ, ਅਤੇ ਸੰਗਤਾਂ ਵਿੱਚ ਬਹੁਤ ਉਤਸ਼ਾਹ ਹੈ। ਅਤੇ ਇਹ ਜੋ ਵੀ ਗੁਰੂ ਘਰ ਦਾ ਜੋ ਕੰਮ ਹੈ ਇਹ ਮੈਨੇਜਮੈਂਟ ਦੇ ਰਾਹੀਂ ਹੁੰਦਾ ਹੈ। ਸਾਡੇ ਚੇਅਰਮੈਨ ਸਾਹਿਬ ਲਿਖਾਰੀ ਸਾਹਿਬ ਉਹਨਾਂ ਦੀ ਗਾਈਡੈਂਸ ਦੇ ਅੰਡਰ ਸਾਰਾ ਕੰਮ ਹੁੰਦਾ ਹੈ। ਇਹਦੇ ਵਿੱਚ 14 ਮੈਂਬਰ ਹਨ, ਅਤੇ ਉਹਨਾਂ ਦੇ ਆਪਣੇ ਆਪਣੇ ਪੋਰਟਫੋਲੀਓ ਹਨ, ਆਪਣੇ ਆਪਣੇ ਏਰੀਆ ਹੈ ਜਿਹਦੇ ਵਿੱਚ ਉਹ ਕੰਮ ਕਰਦੇ ਹਨ। ਫਾਈਨੈਂਸ ਦਾ ਇੱਕ ਬੰਦੇ ਕੋਲ ਹੈ, ਅਤੇ ਹੋਰ ਐਡਮਿਨਿਸਟ੍ਰੇਸ਼ਨ ਹੈ, ਬਿਲਡਿੰਗ ਹੈ, ਜਾਂ ਹੋਰ ਜੋ ਵੀ ਕੰਮ ਹੁੰਦੇ ਹਨ, ਲੰਗਰਾਂ ਦੀ ਸੇਵਾ ਹੈ, ਇਹ ਸਾਰਾ ਡਿਵਾਈਡ ਕੀਤਾ ਹੋਇਆ ਹੈ। ਅਤੇ ਬਾਬੇ ਦੀ ਬੜੀ ਮਿਹਰ ਹੈ ਕਿ ਇਹ ਸਾਰਾ ਕੁਝ ਬੜੇ ਕੋਆਰਡੀਨੇਟਿਡ ਫੈਸ਼ਨ ਵਿੱਚ ਇਹ ਚੱਲ ਰਿਹਾ ਹੈ। ਫਿਲਹਾਲ ਜੋ ਮੈਨੇਜਮੈਂਟ ਦੇ ਮੈਂਬਰ ਹਨ ਉਹਨਾਂ ਦੇ ਆਪਸ ਵਿੱਚ ਇੱਕ ਦੂਸਰੇ ਵਾਸਤੇ ਰਿਸਪੈਕਟ ਐਂਡ ਮਿਊਚੁਅਲ ਅੰਡਰਸਟੈਂਡਿੰਗ, ਇਹ ਬਹੁਤ ਵੱਡੀ ਚੀਜ਼ ਹੁੰਦੀ ਹੈ। ਕਿਸੇ ਵੀ ਔਰਗਨਾਈਜੇਸ਼ਨ ਨੂੰ ਚਲਾਉਣ ਵਾਸਤੇ ਉਹਦਾ ਜੋ ਮੁਖੀਆ ਹੁੰਦਾ ਹੈ ਉਹਦੇ ਵੱਲ ਸਭ ਦੇਖਦੇ ਹਨ, ਅਤੇ ਮੈਨੂੰ ਖੁਸ਼ੀ ਹੈ ਕਿ ਲਿਖਾਰੀ ਸਾਹਿਬ ਹੀ ਇਜ਼ ਪ੍ਰੋਵਾਈਡਿੰਗ ਗੁੱਡ ਲੀਡਰਸ਼ਿਪ, ਐਂਡ ਵੀ ਹੈਵ ਕੌਨਫੀਡੈਂਸ ਇਨ ਹਿਜ਼ ਲੀਡਰਸ਼ਿਪ, ਐਂਡ ਵੀ ਹੋਪ ਹੀ ਵਿਲ ਕੰਟੀਨਿਊ ਟੂ ਡੂ ਦੈਟ। ਅਤੇ ਸੰਗਤ ਦੀ ਸੇਵਾ ਕਰਦੇ ਹਾਂ, ਅਤੇ ਇਸੇ ਤਰ੍ਹਾਂ ਜਦ ਤੱਕ ਪਰਮਾਤਮਾ ਦਾ ਹੁਕਮ ਹੈ ਸੇਵਾ ਕਰਦੇ ਰਹਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਉਹ ਤੋਂ ਪਹਿਲਾਂ ਮੈਂ ਇੱਕ ਚੀਜ਼ ਐਡ ਕਰਨਾ ਚਾਹੁੰਦਾ ਹਾਂ ਕਿ ਤੁਸੀਂ ਇਹ ਸੋਹਣਾ ਗੁਰਦੁਆਰਾ ਜਿਹੜਾ ਦੇਖ ਰਹੇ ਹੋ, ਇਹ ਸਾਡੇ
ਵਾਈਸ ਪ੍ਰੈਜ਼ੀਡੈਂਟ ਹੈਗੇ ਆ ਇੱਥੇ ਹਰਦੀਪਕ ਸਿੰਘ ਮੁੰਡੇ, ਆਰਕੀਟੈਕਟ ਆ ਬਾਈ ਪ੍ਰੋਫੈਸ਼ਨ, ਉਹਨਾਂ ਨੇ ਇਹ ਗੁਰਦੁਆਰਾ ਡਿਜ਼ਾਈਨ ਕੀਤਾ ਸੀ। ਐਂਡ ਲੈਟ ਮੀ ਆਲਸੋ ਐਡ, ਉਹਨਾਂ ਨੇ ਬਾਲਟੀਮੋਰ ਦਾ ਗੁਰਦੁਆਰਾ ਵੀ ਉਹਨਾਂ ਨੇ ਕੀਤਾ ਸੀ ਅਤੇ ਆਪਣਾ ਸੈਨ ਐਂਟੋਨੀਓ ਦਾ ਗੁਰਦੁਆਰਾ ਵੀ ਉਹਨਾਂ ਨੇ ਡਿਜ਼ਾਈਨ ਕੀਤਾ। ਅੱਜ ਕੱਲ੍ਹ ਹੁਣ ਉਹ ਮੰਦਰ ਡਿਜ਼ਾਈਨ ਕਰਨ ਲੱਗੇ ਹੋਏ ਆ। ਸੋ ਚਲੋ, ਰੱਬ ਨੇ ਜੋ ਸੇਵਾ ਕਰਾਉਣੀ ਆ ਉਹਨਾਂ ਕੋਲੋਂ ਕਰਾਉਣਾ। ਹਾਂਜੀ, ਅਤੇ ਇੱਥੇ ਹੋਰ ਕੀ ਸੇਵਾਵਾਂ ਹੁੰਦੀਆਂ ਨੇ? ਪੰਜਾਬੀ ਸਕੂਲ ਹੈਗਾ ਜਾਂ ਬੱਚਿਆਂ ਨੂੰ ਕੀਰਤਨ ਸਿਖਾਇਆ ਜਾਂਦਾ, ਹੋਰ ਕੀ ਹੈ ਇੱਥੇ? ਬਾਕੀ ਅਸੀਂ ਹੁਣ ਸ਼ੁਰੂ ਕੀਤਾ ਪਿਛਲੇ ਸਾਲ ਤੋਂ, ਹੁਣ ਅਸੀਂ ਹੈਲਥ ਫੇਅਰ ਵੀ ਲਾਉਂਦੇ ਹਾਂ। ਹੁਣ ਗੁਰੂ ਮਹਾਰਾਜ ਨਾਨਕ ਦੇਵ ਜੀ ਦਾ ਜਨਮ ਦਿਨ ਆ ਰਿਹਾ, ਉਹਦੇ ਉੱਤੇ ਅਸੀਂ ਹੈਲਥ ਫੇਅਰ ਲਾਵਾਂਗੇ। ਅਤੇ ਬਾਕੀ ਐਕਟੀਵਿਟੀਜ਼ ਜਿਹੜੀਆਂ ਹੈਗੀਆਂ ਉਹ ਸਕੂਲ ਨਾਲ ਰਿਲੇਟਡ ਹੈਗੀਆਂ ਜ਼ਿਆਦਾ। ਅਤੇ ਗੁਰਦੁਆਰੇ ਦੀ ਵੈਸੇ ਮੇਨ ਐਕਟੀਵਿਟੀ ਤਾਂ ਇਹੋ ਹੀ ਆ ਕਿ ਰਿਲੀਜੀਅਸ ਐਕਟੀਵਿਟੀ, ਪਰ ਸਕੂਲ ਦੀਆਂ ਐਕਟੀਵਿਟੀਜ਼ ਕਾਫੀ ਹੈਗੀਆਂ। ਉਹ ਈਅਰਲੀ ਪਿਕਨਿਕ ਕਰਦੇ ਆ ਬੱਚਿਆਂ ਦੀ, ਅਤੇ ਹੋਰ ਵੀ ਚੀਜ਼ਾਂ ਵਿੱਚ ਬੱਚਿਆਂ ਨੂੰ ਇਨਵੋਲਵ ਕਰਦੇ ਆ। ਹੁਣੇ ਜਿਹੜਾ ਹੇਮਕੁੰਟ ਦਾ ਸੰਗੀਤ ਸੰਮੇਲਨ ਹੋਇਆ ਜਿਹੜਾ, ਹਾਂਜੀ, ਇੰਟਰਨੈਸ਼ਨਲ, ਉਹਦੇ ਵਿੱਚ ਸਾਡੇ ਬੱਚੇ ਇੱਥੋਂ ਸੈਕਿੰਡ ਪਲੇਸ ਲੈ ਕੇ ਆਏ। ਵੀ ਆਰ ਵੈਰੀ ਪ੍ਰਾਊਡ ਆਫ ਦੈਮ। ਥੈਂਕ ਯੂ ਜੀ। ਔਰ ਇਸ ਗੁਰਦੁਆਰੇ ਦੀ ਜਿਹੜੀ ਡਿਟੇਲ ਵੀਡੀਓ ਹੈਗੀ ਆ ਤੁਹਾਨੂੰ ਜ਼ਰੂਰ ਦਿਖਾਵਾਂਗੇ, ਕਿਉਂਕਿ ਇਹ ਮੇਰਾ ਵਨ ਆਫ ਦਾ ਫੇਵਰੇਟ ਗੁਰਦੁਆਰਾ ਹੈ। ਇਸ ਕਰਕੇ ਨਹੀਂ ਕਿ ਮੇਰੇ ਫਾਦਰ ਸਾਹਿਬ ਇੱਥੇ ਸੇਵਾ ਕਰਦੇ ਆ, ਲੇਕਿਨ ਇਸ ਕਰਕੇ ਕਿ ਇਹ ਜਿਵੇਂ ਇਹਨਾਂ ਦੱਸਿਆ ਕਿ ਬਹੁਤ ਖੂਬਸੂਰਤੀ ਨਾਲ ਡਿਜ਼ਾਈਨ ਕੀਤਾ ਗਿਆ। ਔਰ ਜਿੱਦਾਂ ਗਿੱਲ ਸਾਹਿਬ ਨੇ ਕਿਹਾ, ਇਟਸ ਔਲਵੇਜ਼ ਟੀਮ ਵਰਕ। ਜਿੱਥੇ ਟੀਮ ਵਰਕ ਅੱਛੀ ਹੋਏਗੀ ਉੱਥੇ ਹਰ ਚੀਜ਼ ਵਧੀਆ ਹੋਏਗੀ। ਔਰ ਅਸੀਂ ਵੀ ਜਦੋਂ ਆਉਂਦੇ ਹਾਂ ਸਾਨੂੰ ਲੱਗਦਾ ਕਿ ਲਿਟਰਲੀ ਅਸੀਂ ਇਸ ਜਗ੍ਹਾ ਨੂੰ ਬਿਲੋਂਗ ਕਰਦੇ ਹਾਂ। ਔਰ ਕਦੀ ਨਹੀਂ ਇੱਦਾਂ ਲੱਗਿਆ ਕਿ ਅਸੀਂ ਲੋਕਾਂ ਨੂੰ ਨਹੀਂ ਜਾਣਦੇ ਜਾਂ ਸੰਗਤ ਨੂੰ ਨਹੀਂ ਜਾਣਦੇ। ਬਹੁਤ ਹੀ ਹੰਬਲ ਤਰੀਕੇ ਨਾਲ ਸਾਰੇ ਮਿਲਦੇ ਨੇ। ਔਰ ਬੱਚੇ ਜਿਹੜੇ ਨੇ ਇੱਥੇ ਬੜਾ ਖੁਸ਼ੀ ਨਾਲ ਪਲੇ ਕਰਦੇ ਨੇ, ਕਦੀ ਬਾਹਰ ਲੱਗੇ ਹੁੰਦੇ ਆ, ਕਦੀ ਕਿੱਥੇ ਲੱਗੇ ਹੁੰਦੇ ਆ। ਸੋ ਸਾਨੂੰ ਬੜੀ ਖੁਸ਼ੀ ਹੁੰਦੀ ਹੈ ਇੱਥੇ ਆ ਕੇ ਕਿ ਬਿਲਕੁਲ ਮੈਨੂੰ ਇੰਡੀਆ ਹੀ ਲੱਗਦਾ। ਸੋ ਮੋਨੀ ਗਿੱਲ ਵੱਲੋਂ ਸਤਿ ਸ਼੍ਰੀ ਅਕਾਲ, ਰੱਬ ਰਾਖਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਸਾਧ ਸਿੰਘ ਜੀ, ਇਸ ਗੁਰੂ ਘਰ ਦੇ ਵਿੱਚ ਜੋ ਅਸੀਂ ਇਸਨੂੰ ਸ਼ੂਗਰਲੈਂਡ ਵੀ ਕਹਿੰਦੇ ਹਾਂ ਜਾਂ ਸਾਊਥ ਵੈਸਟ ਗੁਰਦੁਆਰਾ ਸਾਹਿਬ ਕਹਿੰਦੇ ਹਾਂ, ਸੋ ਇੱਥੇ ਸਾਡੀ ਜੋ ਪ੍ਰਬੰਧਕ ਕਮੇਟੀ ਹੈ ਉਹਨਾਂ ਨੇ ਸਾਰਿਆਂ ਨੇ ਜੋ ਵੀ ਵਿਚਾਰਾਂ ਸਨ ਉਹਨਾਂ ਨੇ ਦਿੱਤੀਆਂ ਨੇ, ਔਰ ਬਹੁਤ ਤਰੀਕੇ ਦੇ ਨਾਲ ਇੱਥੇ ਗੁਰਦੁਆਰਾ ਸਾਹਿਬ ਔਰ ਬੜੀ ਹਲੀਮੀ ਨਾਲ ਸ਼ਰਧਾ ਨਾਲ ਇਹ ਗੁਰਦੁਆਰਾ ਸਾਹਿਬ ਚੱਲ ਰਹੇ ਨੇ। ਔਰ ਇੱਥੇ ਪੰਜਾਬੀ ਸਕੂਲ ਵੀ ਹੈ ਜਿਹਦੇ 'ਚ ਬੱਚੇ ਪੜ੍ਹਦੇ ਨੇ, ਉੱਥੇ ਕੀਰਤਨ ਵੀ ਸਿੱਖਦੇ ਹਨ ਔਰ ਨਾਲ ਹੀ ਪੰਜਾਬੀ ਵੀ ਪੜ੍ਹਾਈ ਜਾਂਦੀ ਹੈ, ਗੁਰੂ ਸਾਹਿਬ ਦੇ ਚਰਨਾਂ ਨਾਲ ਜੋੜਿਆ ਜਾਂਦਾ ਹੈ। ਸੋ ਦਾਸ ਦਾ ਇੱਥੇ ਸੇਵਾ ਦਾ ਲੱਗਿਆ ਹੋਇਆ ਹੈ, ਕਿਉਂਕਿ ਇੱਥੋਂ ਦੇ ਹੈਡ ਗ੍ਰੰਥੀ ਵੀ ਹਾਂ ਅਤੇ ਕੀਰਤਨੀਏ ਵੀ ਹਾਂ। ਭੁਪਿੰਦਰ ਸਿੰਘ ਪਾਰਸ ਮੇਰਾ ਨਾਂ ਹੈ ਔਰ ਮੇਰੇ ਨਾਲ ਭਾਈ ਅਕਾਲ ਸਿੰਘ ਜੀ ਜੋ ਤਬਲੇ ਦੀ ਸੇਵਾ ਕਰਦੇ ਹਨ। ਔਰ ਸਾਰਾ ਗੁਰੂ ਘਰ ਜਿਹੜਾ ਹੈ ਇਹਦੇ 'ਚ ਏਕਤਾ ਬੜੀ ਹੈ, ਇੱਥੇ ਨਾ ਕੋਈ ਝਗੜਾ ਨਾ ਕੋਈ ਲੜਾਈ, ਔਰ ਬਹੁਤ ਹੀ ਸਮੂਹ ਤਰੀਕੇ ਦੇ ਨਾਲ ਸੰਗਤਾਂ ਸੇਵਾ ਕਰ ਰਹੀਆਂ ਹਨ ਔਰ ਕੀਰਤਨ ਵਿੱਚ ਜੁੜੀਆਂ ਹਨ। ਅੱਜ ਤੁਸੀਂ ਦੇਖਦੇ ਹੋ ਸੰਡੇ ਹੈ, ਤਕਰੀਬਨ 550 ਦੇ ਕਰੀਬ ਸਾਧ ਸੰਗਤ ਜੁੜੀ ਹੈ। ਸੋ ਇਹ ਗੁਰੂ ਨਾਨਕ ਦੀ ਵਡਿਆਈ ਹੈ ਔਰ 550 ਸਾਲਾ ਗੁਰਪੁਰਬ ਆ ਰਿਹਾ ਹੈ ਜਿਸ ਦੀ ਸ਼ੁਰੂਆਤ ਅਸੀਂ ਅੱਜ ਹੀ ਕੀਤੀ ਹੈ, ਅਤੇ ਰੋਜ਼ ਹੀ ਸੰਗਤਾਂ ਦੇ ਮਤਲਬ ਇਹ ਕੀਰਤਨ ਨਾਲ ਜੋੜਿਆ ਜਾਏਗਾ ਔਰ ਗੁਰੂ ਨਾਨਕ ਦੀ ਵਡਿਆਈ ਨੂੰ ਲੋਕਾਂ ਤੱਕ ਸੰਗਤਾਂ ਤੱਕ ਪਹੁੰਚਾਇਆ ਜਾਏਗਾ। ਔਰ ਮੋਨੀ ਗਿੱਲ ਦਾ ਵੀ ਧੰਨਵਾਦ ਹੈ ਅਤੇ ਸਾਰਿਆਂ ਦਾ ਧੰਨਵਾਦ ਹੈ ਕਿ ਆਪ ਜੀ ਨੇ ਇੱਥੋਂ ਦੀ ਸੰਗਤ ਦੀ ਸੇਵਾ ਜਿਹੜੀ ਹੈ ਪ੍ਰਵਾਨ ਕੀਤੀ ਹੈ। ਤੋ ਹੂਸਟਨ ਟੈਕਸਸ, ਗੁਰਦੁਆਰਾ ਸਾਹਿਬ ਸ਼ੂਗਰਲੈਂਡ। ਤੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਗੇਨ ਅਸੀਂ ਤੁਹਾਡਾ ਸਵਾਗਤ ਕਰਦੇ ਹੈਗੇ ਹਾਂ ਹਿਊਸਟਨ ਟੈਕਸਸ ਦੇ ਗੁਰਦੁਆਰੇ 'ਚ, ਜਿਹਨੂੰ ਅਸੀਂ ਸ਼ੂਗਰਲੈਂਡ ਦਾ ਵੀ ਗੁਰਦੁਆਰਾ ਕਹਿੰਦੇ ਹਾਂ, ਲੇਕਿਨ ਇੱਥੇ ਉਹਨੂੰ ਸਾਊਥ ਵੈਸਟ ਕਿਹਾ ਜਾਂਦਾ, ਰਾਈਟ? ਅਤੇ ਸਾਊਥ ਵੈਸਟ ਹਿਊਸਟਨ ਗੁਰਦੁਆਰਾ ਸਾਹਿਬ ਕਹਿੰਦੇ ਨੇ। ਔਰ ਲੇਕਿਨ ਵੰਸ ਅਗੇਨ ਇਟਸ ਬਿਊਟੀਫੁਲ ਗੁਰਦੁਆਰਾ। ਅਗਰ ਤੁਸੀਂ ਨਹੀਂ ਆਏ ਤਾਂ ਮੈਂ ਕਹਾਂਗੀ ਮਸਟ ਕਮ। ਔਰ ਗੁਰਦੁਆਰਾ ਦੇਖੋ ਬਹੁਤ ਖੂਬਸੂਰਤ ਹੈ, ਜਿਹੜੇ ਕਿ ਅਸੀਂ ਤੁਹਾਨੂੰ ਫੁਟੇਜ ਇਸ ਵੀਡੀਓ ਦੇ ਰਾਹੀਂ ਸਾਂਝੀ ਕਰਾਂਗੇ। ਲੇਕਿਨ ਅੱਜ ਸਾਡੇ ਨਾਲ ਬੜੇ ਖਾਸ ਮੈਂਬਰਾਨ ਹੈਗੇ ਨੇ, ਭੈਣ ਜੀ ਮਿਸਿਸ ਲਿਖਾਰੀ, ਰਾਈਟ? ਅਤੇ ਮੈਨੂੰ ਇੱਕ ਤਾਂ ਆਪਣਾ ਪੂਰਾ ਨਾਮ ਦੱਸੋ। ਔਰ ਮਨਮੀਤ ਕੌਰ ਲਿਖਾਰੀ, ਫਿਰ ਤੋਂ ਬੋਲੋ। ਮਨਮੀਤ ਕੌਰ ਲਿਖਾਰੀ, ਠੀਕ ਹੈ। ਅਤੇ ਮਨਮੀਤ ਜੀ, ਤੁਸੀਂ ਇਸ ਗੁਰਦੁਆਰੇ ਤੋਂ ਕਦੋਂ ਤੋਂ ਜੁੜੇ ਹੋ? ਆਪਣੀ ਥੋੜ੍ਹੀ ਜਿਹੀ ਜ਼ਿੰਮੇਵਾਰੀਆਂ ਸਾਡੇ ਨਾਲ ਸਾਂਝੀਆਂ ਕਰਨਾ, ਅਤੇ ਹੋਰ ਕੀ ਕਰਦੇ ਹੋ? ਇਸ ਗੁਰਦੁਆਰਾ ਸਾਹਿਬ ਨਾਲ ਅਸੀਂ ਸ਼ੁਰੂ ਤੋਂ ਹੀ ਜੁੜੇ ਹੋਏ ਹਾਂ। ਬਿਲਡਿੰਗ ਬਣਨ ਤੋਂ, ਇਹ ਵਾਲੀ ਬਿਲਡਿੰਗ ਬਣਨ ਤੋਂ ਪਹਿਲੇ ਹੀ, ਜਿਹੜੀ 10 ਸਾਲ ਪਹਿਲੇ ਬਣੀ ਸੀ, ਉਸ ਤੋਂ ਪਹਿਲੇ ਅਸੀਂ
ਥੋੜ੍ਹੀ ਜਗ੍ਹਾ ਲੈ ਕੇ ਜਦੋਂ ਕਰਦੇ ਸੀਗੇ 5-6 ਸਾਲ ਉੱਥੇ ਕੀਰਤਨ ਹੁੰਦਾ ਸੀਗਾ ਹਰ ਸੰਡੇ ਦੀਵਾਨ ਲੱਗਦਾ ਸੀ ਅਤੇ ਫਿਰ ਸੰਗਤ ਨੇ ਸਾਰਿਆਂ ਨੇ ਰਲ ਕੇ 2000 ਆਈ ਥਿੰਕ 8 or 9 ਅਤੇ 2009 ਦੇ ਵਿੱਚ ਗੁਰਦੁਆਰੇ ਦੀ ਇਨੋਗਰੇਸ਼ਨ ਹੋਈ ਸੀਗੀ ਅਤੇ ਸੋ ਮੈਂ ਅੱਜ ਕੱਲ੍ਹ ਪੰਜਾਬੀ ਸਕੂਲ ਦੀ ਡਾਇਰੈਕਟਰ ਹਾਂ ਅਤੇ ਸਾਨੂੰ ਪੰਜਾਬੀ ਸਕੂਲ ਸ਼ੁਰੂ ਕੀਤਿਆਂ 9 ਸਾਲ ਹੋ ਗਏ ਨੇ ਅਤੇ ਪਹਿਲੇ ਤਾਂ ਬਹੁਤ ਉਪਰਾਲਾ ਕਰਨਾ ਪਿਆ ਟ੍ਰੇਲਰ ਦੇ ਵਿੱਚ ਅਸੀਂ ਬੱਚਿਆਂ ਨੂੰ ਪੰਜਾਬੀ ਪੜ੍ਹਾਉਂਦੇ ਸੀ ਅਤੇ ਗੁਰਮਤਿ ਸਿਖਾਉਂਦੇ ਸੀਗੇ ਅਤੇ ਹੁਣ 4 ਸਾਲ ਪਹਿਲੇ ਸਕੂਲ ਬਿਲਡਿੰਗ ਬਣ ਗਈ ਹੈ ਅਤੇ ਸੋ ਉਹਦਾ ਬਹੁਤ ਹੀ ਫਾਇਦਾ ਬੱਚੇ ਅੱਛੀ ਤਰ੍ਹਾਂ ਔਰਗਨਾਈਜ਼ ਪ੍ਰੋਪਰ ਕਲਾਸਰੂਮਸ ਦੇ ਵਿੱਚ ਯੂ ਨੋ ਪੰਜਾਬੀ ਅਤੇ ਗੁਰਮਤਿ ਸਿੱਖ ਸਕਦੇ ਹਨ ਵੈਰੀ ਗੁੱਡ ਅਤੇ ਕਿੱਦਾਂ ਇੱਥੇ ਸਾਧ ਸੰਗਤ ਦਾ ਉਹਦੇ 'ਚ ਕਿੰਨਾ ਕੁ ਕਹਿ ਲਓ ਕਿ ਸਾਂਝੇਦਾਰੀ ਹੈ ਜਾਂ ਅੱਛੇ ਤਰੀਕੇ ਨਾਲ ਬੱਚੇ ਸਿੱਖਦੇ ਨੇ ਜਾਂ ਕਿਸ ਤਰ੍ਹਾਂ ਹਾਂ ਸਾਡੇ ਕਿਉਂਕਿ ਇਸ ਏਰੀਆ ਦੇ ਵਿੱਚ 3 ਹੋਰ ਵੱਡੇ ਗੁਰਦੁਆਰਾ ਸਾਹਿਬ ਹਨ ਅਤੇ ਸਾਡੇ ਸਕੂਲ ਦੇ ਵਿੱਚ 75 ਸਟੂਡੈਂਟਸ ਹਨ ਅਤੇ ਵੇਟਿੰਗ ਲਿਸਟ ਹੈ ਕਿਉਂਕਿ ਅਸੀਂ ਕਰੀਕੁਲਮ ਨੂੰ ਬਹੁਤ ਹੀ ਅੱਛੀ ਤਰ੍ਹਾਂ ਬੱਚਿਆਂ ਨੂੰ ਏਜ ਦੇ ਮੁਤਾਬਕ ਔਰ ਉਹਨਾਂ ਦੀ ਨੌਲੇਜ ਦੇ ਮੁਤਾਬਕ ਕਲਾਸਿਸ ਨੂੰ ਡਿਵਾਈਡ ਕਰਦੇ ਹਾਂ ਅਤੇ ਬੱਚਿਆਂ ਨੂੰ ਗੁਰਬਾਣੀ ਲਰਨ ਕਰਨ ਦਾ ਵੀ ਕਾਫੀ ਉਹਨਾਂ ਨੂੰ ਇਨਕਰੇਜ ਕੀਤਾ ਜਾਂਦਾ ਹੈ ਆਫਕੋਰਸ ਪੰਜਾਬੀ ਸਿੱਖਣ ਦਾ ਤਾਂ ਉਪਰਾਲਾ ਹੈ ਇਹ ਹਾਂਜੀ ਅਤੇ ਐਜ਼ ਇਹ ਕਿਹਾ ਜਾਵੇ ਕਿ ਤੁਹਾਡਾ ਇਸ ਦੇ ਵਿੱਚ ਪੂਰਾ ਗੁਰਦੁਆਰਾ ਸਾਹਿਬ ਦੇ ਜਿੰਨੇ ਵੀ ਪ੍ਰੋਗਰਾਮ ਹੁੰਦੇ ਨੇ ਉਹ 'ਚ ਤੁਹਾਡਾ ਫੇਵਰੇਟ ਕਿਹੜਾ ਹੁੰਦਾ ਹੈ ਕਿ ਤੁਹਾਨੂੰ ਹੁੰਦਾ ਕਿ ਮੈਂ ਵੇਟ ਕਰ ਰਹੀ ਹਾਂ ਉਸ ਚੀਜ਼ ਦੀ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਨ ਔਰ ਇਸ ਸਾਲ ਬੜਾ ਖਾਸ ਹੈਗਾ 550ਵਾਂ ਹੈ ਅਤੇ ਉਹਦੇ ਉੱਤੇ ਕੋਈ ਖਾਸ ਕੋਈ ਪ੍ਰੋਗਰਾਮ ਹੋ ਰਿਹਾ ਬੱਚਿਆਂ ਦੇ ਬੱਚੇ ਸਾਡੇ ਸਕੂਲ ਦੇ ਬੱਚੇ ਯੂ ਨੋ ਜਦੋਂ ਦਾ ਸਕੂਲ ਖੁੱਲ੍ਹਿਆ ਹੈਗਾ 2011 ਦਾ ਅਸੀਂ 2 ਪ੍ਰੋਗਰਾਮ ਕਰਦੇ ਹਾਂ ਬੱਚੇ ਸਕੂਲ ਦੇ ਬੱਚੇ ਇੱਕ ਤਾਂ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਕਰਦੇ ਹਨ ਉਹਦੇ ਵਿੱਚ ਹਰ ਬੱਚਾ ਪਾਰਟੀਸਪੇਟ ਕਰਦਾ ਹੈ ਔਰ ਫਿਰ ਵਿਸਾਖੀ ਦੇ ਵੇਲੇ ਔਰ ਇੱਕ ਇੱਕ ਬੱਚਾ ਉਸ ਪ੍ਰੋਗਰਾਮ ਦੇ ਵਿੱਚ ਪਾਰਟੀਸਪੇਟ ਕਰਦਾ ਹੈ ਭਾਵੇਂ ਉਹਨਾਂ ਦੀਆਂ 2 ਲਾਈਨਾਂ ਹੋਣ 3 ਲਾਈਨਾਂ ਹੋਣ ਪਰ ਹਰ ਕਲਾਸ ਨੂੰ ਹਰ ਬੱਚੇ ਨੂੰ ਅਸੀਂ ਇਸ ਤਰ੍ਹਾਂ ਪ੍ਰੋਗਰਾਮ ਦੀ ਤਿਆਰੀ ਕਰਦੇ ਹਾਂ ਕਿ ਐਵਰੀ ਚਾਈਲਡ ਪਾਰਟੀਸਪੇਟਸ ਸੋ ਦੇ ਯੂ ਨੋ ਡਿਵੈਲਪ ਦ ਸਕਿੱਲ ਆਫ ਸਪੀਕਿੰਗ ਔਨ ਦ ਪੋਡੀਅਮ ਐਂਡ ਗੈਟ ਓਵਰ ਦ ਸਟੇਜ ਫੀਅਰ ਬਿਲਕੁਲ ਇਹ ਬਹੁਤ ਜ਼ਰੂਰੀ ਹੈ ਔਰ ਆਉਣ ਵਾਲੀ ਪਨੀਰੀ ਵਾਸਤੇ ਔਰ ਇਹ ਮੈਂ ਇਸ ਕਰਕੇ ਕਹਾਂਗੀ ਕਿ ਮੇਰਾ ਫੇਵਰੇਟ ਗੁਰਦੁਆਰਾ ਹੈ ਮੈਨੂੰ ਤਾਂ ਆਪਣਾ ਘਰ ਹੀ ਜਾਪਦਾ ਹੈ ਇੱਕ ਤਾਂ ਖੂਬਸੂਰਤ ਬਹੁਤ ਹੈ ਬਹੁਤ ਹੀ ਕਲੀਨ ਔਰ ਇੱਥੇ ਦੀ ਜਿਹੜੀ ਸਾਧ ਸੰਗਤ ਹੈ ਜਾਂ ਮੈਂਬਰਾਂ ਨੇ ਸਾਰੇ ਬਹੁਤ ਹੀ ਵੈਲਕਮਿੰਗ ਨੇ ਅਤੇ ਇੱਥੇ ਆਓ ਔਰ ਦੇਖੋ ਕਿ ਗੁਰਦੁਆਰਾ ਬਹੁਤ ਖੂਬਸੂਰਤ ਹੈ ਬਾਹਰੋਂ ਤਾਂ ਹੈ ਹੀ ਹੈ ਲੇਕਿਨ ਇਸ ਤਰ੍ਹਾਂ ਦੇ ਜਿਹੜੇ ਮੈਂਬਰਸ ਨੇ ਉਹ ਉਹਨੂੰ ਹੋਰ ਖੂਬਸੂਰਤ ਬਣਾਉਂਦੇ ਹੈ ਥੈਂਕ ਯੂ ਵੈਰੀ ਮੱਚ ਸੋ ਜੀ ਜਿਹੜੀ ਸਾਡੀ ਵਾਸ਼ਿੰਗਟਨ DC ਦੀ ਆਡੀਅੰਸ ਹੈ ਉਹਨਾਂ ਨਾਲ ਅਸੀਂ ਸੋਚਿਆ ਗੁਰਦੁਆਰੇ ਦੀ ਮੈਂ ਹਰ ਸਾਲ ਸੋਚਦੀ ਹਾਂ ਸਾਂਝੀ ਕਰਾਂ ਲੇਕਿਨ ਇਸ ਸਾਲ ਮੈਂ ਪੂਰੀ ਤਿਆਰੀ ਨਾਲ ਆਈ ਸੀ ਮੈਂ ਕਿਹਾ ਨਹੀਂ ਮੈਂ ਇਸ ਸਾਲ ਮੈਂ ਸਾਰਿਆਂ ਦੇ ਇੰਟਰਵਿਊ ਲੈ ਕੇ ਜਾਣੇ ਆ ਅਤੇ ਮੈਂ ਬਹੁਤ ਖੁਸ਼ ਹਾਂ ਵਾਸ਼ਿੰਗਟਨ DC ਸਾਡਾ ਬੜਾ ਖੁਸ਼ ਹੋਏਗਾ ਇੱਥੇ ਦਾ ਸਾਰਾ ਪੂਰਾ ਗੁਰਦੁਆਰਾ ਸਾਹਿਬ ਵੇਖ ਕੇ ਅਤੇ ਮੈਂਬਰਾਂਸ ਨੂੰ ਉਹਨਾਂ ਦੇ ਇੰਟਰਵਿਊ ਸੁਣ ਕੇ ਹੈ ਨਾ ਥੈਂਕ ਯੂ ਵੈਰੀ ਮੱਚ ਫੋਰ ਪ੍ਰੇਜ਼ਿੰਗ ਦ ਗੁਰਦੁਆਰਾ ਸਾਹਿਬ ਬਸ ਸਾਡੀ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਸਾਰੇ ਆਪਸ ਪਿਆਰ 'ਚ ਮਿਲ ਜੁਲ ਕੇ ਰਹਿਣ ਇਹ ਮੈਨੂੰ ਦਿਖਦਾ ਹੈ ਕਿਉਂਕਿ ਮੇਰੀ ਫੈਮਿਲੀ ਬਹੁਤ ਤਾਰੀਫ ਕਰਦੀ ਹੈ ਇਸ ਗੁਰੂ ਘਰ ਦੀ ਔਰ ਅਸੀਂ ਸਾਨੂੰ ਤਾਂ ਖੈਰ ਆਪਣਾ ਹੀ ਲੱਗਦਾ ਹੈ ਜਿੱਦਾਂ ਮੈਂ ਪਹਿਲਾਂ ਦੱਸਿਆ ਸੋ ਲਓ ਜੀ ਹੋਰ ਬਹੁਤ ਸਾਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਅਸੀਂ ਪੂਰੀ ਗੁਰਦੁਆਰਾ ਸਾਹਿਬ ਦੀ ਫੁਟੇਜ ਅਸੀਂ ਸਾਂਝੀ ਕਰਾਂਗੇ ਇਸ ਵੀਡੀਓ ਦੇ ਰਾਹੀਂ ਤਾਂ ਕਿ ਤੁਸੀਂ ਇਸ ਗੁਰਦੁਆਰੇ ਦਾ ਈਚ ਐਂਡ ਐਵਰੀ ਕੋਰਨਰ ਦੇਖ ਸਕਦੇ ਹੋ ਸਾਡੀ ਫੋਟੋਆਂ ਦੇ ਜ਼ਰੀਏ ਲੇਕਿਨ ਮੈਂ ਫਿਰ ਵੀ ਇਨਕਰੇਜ ਕਰਾਂਗੀ ਜਦੋਂ ਮੌਕਾ ਲੱਗੇ ਜ਼ਰੂਰ ਇੱਥੇ ਇੱਕ ਵਾਰੀ ਵਿਜ਼ਿਟ ਕਰਕੇ ਜਾਓ ਸੋ ਮੋਨੀ ਗਿੱਲ ਵੱਲੋਂ ਅਤੇ MYTV ਵੱਲੋਂ ਸਤਿ ਸ਼੍ਰੀ ਅਕਾਲ ਰੱਬ ਰੱਖਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਥੈਂਕ ਯੂ ਭੈਣ ਜੀ
the best of the